ਇਤਿਹਾਸ ਕਹਿੰਦਾ ਹੈ ਕਿ ਜਮਰੌਦ ਦੇ ਕਿਲੇ ਦੇ ਉੱਤੇ ਮਿਰਜ਼ਾ ਸ਼ਮੀ ਖਾਨ ਨੇ ਬੜੀ ਕਹਿਰ ਦੀ ਬੰਬਾਰੀ ਕਰਵਾਈ। ਸਾਰਾ ਦਿਨ ਤੋਪਾਂ ਅੱਗ ਵਰਾਉਂਦੀਆਂ ਰਹੀਆਂ, ਮਾਵਾਂ ਦੇ ਲਾਲ ਆਪੋ ਵਿੱਚ ਲੜਦੇ ਰਹੇ, ਡਿੱਗਦੇ ਰਹੇ। ਸ਼ਾਮ ਦਾ ਸਮਾਂ ਹੋਇਆ, ਗਾਜ਼ੀਆਂ ਨੇ ਸ਼ੁਕਰ ਕੀਤਾ ਕਿ ਸ਼ਾਮਾਂ ਪਈਆਂ, ਜਿੱਤ ਦੇ ਚਾਹ ਆਏ ਹੋਏ ਗਾਜ਼ੀਆਂ ਦੇ ਦਿਲਾਂ ਵਿੱਚੋਂ ਲਿਥ ਗਏ। ਕਹਿੰਦੇ ਨੇ 29 ਅਪ੍ਰੈਲ 1837 ਦਾ ਸੂਰਜ ਚੜ੍ਹਿਆ, ਦੂਜੇ ਦਿਨ ਵੀ ਸਾਰਾ ਦਿਨ ਤੋਪਾਂ ਉਸੇ ਤਰ੍ਹਾਂ ਅੱਗ ਵਰਾਉਂਦੀਆਂ ਰਹੀਆਂ, ਪਰ ਲੜਾਈ ਦਾ ਕੋਈ ਸਿੱਟਾ ਨਾ ਨਿਕਲ ਸਕਿਆ। ਕਹਿੰਦੇ ਨੇ ਸ਼ਾਮ ਦਾ ਵਕਤ ਹੋਇਆ, ਗੋਲੀਬਾਰੀ ਹੁੰਦਿਆਂ ਹੁੰਦਿਆਂ ਤੋਪਾਂ ਦੇ ਫੈਰ ਡਿੱਗਦਿਆਂ ਡਿੱਗਦਿਆਂ ਕਿਲ੍ਹਾ ਜਮਰਾਓ ਦੀ ਖੱਬੀ ਬਾਹੀ ਜਿਹੜੀ ਦਰਾ ਖੈਬਰ ਵਾਲੇ ਪਾਸਿਓਂ ਖੁੱਲਦੀ ਹੈ, ਕਹਿੰਦੇ ਨੇ ਉਹਦੇ ਵਿੱਚ ਬਹੁਤ ਤਕੜਾ ਪਾੜ ਪੈ ਗਿਆ, ਪਾੜ ਬਣ ਗਿਆ, ਹਨੇਰਾ ਹੋ ਗਿਆ। ਦੋਸਤ ਮੁਹੰਮਦ ਖਾਨ ਦਾ ਵੱਡਾ ਪੁੱਤਰ ਮੁਹੰਮਦ ਅਫਜ਼ਲ ਖਾਨ ਆਪਣੇ ਕੁਝ ਚੋਣਵੇਂ ਸਿਪਾਹੀਆਂ ਨੂੰ ਨਾਲ ਲੈ ਕਰਕੇ ਕਿਲ੍ਹੇ ਵੱਲ ਨੂੰ ਵੱਧਦਾ, ਕਹਿੰਦੇ ਨੇ ਤੁਰਿਆ ਜਾਂਦਾ। ਉਹਨੂੰ ਰਸਤੇ ਦੇ ਵਿੱਚੋਂ ਆਵਾਜ਼ ਮਾਰਨੀ, ਮਿਰਜ਼ਾ ਸ਼ਮੀ ਖਾਨ ਨੇ ਕਹਿਣ ਲੱਗਾ, ਮੁਹੰਮਦ ਅਫਜ਼ਲ ਕਿੱਧਰ ਜਾ ਰਹੇ ਹੈ? ਕਹਿਣ ਲੱਗਾ, ਚੱਚਾ ਜਾਨ ਵੇਖੋ ਕਿਲ੍ਹੇ ਦੀ ਖੱਬੀ ਬਾਹੀ ਬਿਲਕੁਲ ਪਾਰ ਚੁੱਕੀ ਹੈ, ਉਹ ਦਸਤ ਹੋ ਚੁੱਕੀ ਹੈ। ਹੁਣ ਮੈਂ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਕਿਲ੍ਹੇ ਦੇ ਅੰਦਰ ਜਾ ਰਿਹਾ ਹੈ ਤਾਂ ਕਿ ਕਾਫਰਾਂ ਨੂੰ ਹੱਥੋਂ ਹੱਥੀ ਫੜ ਕੇ ਮੁਕਾ ਦਿੱਤਾ ਜਾਏ। ਕਹਿੰਦੇ ਨੇ ਉਹਨੇ ਆਵਾਜ਼ ਮਾਰੀ, ਕਹਿਣ ਲੱਗਾ, ਮੁਹੰਮਦ ਅਫਜ਼ਲ ਉਹ ਤੇਰੀ ਮੱਤ ਤਾਂ ਨਹੀਂ ਮਾਰੀ ਗਈ, ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ? ਕਹਿਣ ਲੱਗਾ, ਸਿੱਖ ਹਫ਼ਤੇ ਦਾ ਵੀ ਮੋਇਆ ਪਿਆ ਹੋਵੇ ਨਾ, ਉਹਦੇ ਸਿਰਾਣੇ ਖੜੇ ਹੋ ਕੇ ਲਲਕਾਰਦੇ ਉੱਠ ਕੇ ਲੜਨ ਨੂੰ ਤਿਆਰ ਹੋ ਜਾਂਦਾ। ਤੂੰ ਜਾਣਦਾ ਹੈ ਕਿਲ੍ਹੇ ਦੇ ਅੰਦਰ 800-900 ਜੇ ਚੰਗੇ ਭਲੇ ਤਿਆਰ ਬਰ ਤਿਆਰ ਬੈਠੇ ਨੇ, ਇੱਦਾਂ ਬਿਲਕੁਲ ਵੀ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਕਹਿਣ ਲੱਗਾ, ਬਾਹਰੋਂ ਘੇਰਾ ਬੰਦੀ ਇਤਨੀ ਮਜ਼ਬੂਤ ਕਰ ਦਿਓ, ਇਹਨਾਂ ਨੂੰ ਰਾਸ਼ਨ ਨਾ ਮਿਲ ਸਕੇ, ਜਦੋਂ ਭੁੱਖ ਤੋਂ ਲਾਚਾਰ ਹੋਣਗੇ ਕਿਲ੍ਹਾ ਆਪਣੇ ਆਪ ਖਾਲੀ ਹੋ ਜਾਏਗਾ। ਕਹਿੰਦੇ ਨੇ ਸੁਣ ਕੇ ਇੰਨੀ ਗੱਲ ਮੁਹੰਮਦ ਅਫਜ਼ਲ ਵਾਪਸ ਮੁੜ ਗਿਆ। ਦੂਜੇ ਦਿਨ ਦੀਆਂ ਤਕਾਲਾਂ, ਰਾਤ ਦਾ ਸਮਾਂ ਹੋਇਆ, ਕਹਿੰਦੇ ਨੇ ਸਰਦਾਰ ਮਹਾਂ ਸਿੰਘ ਆਪਣੇ 800-900 ਸਾਥੀ ਜਿਹੜੇ ਬੱਚੇ ਨੇ ਉਹਨਾਂ ਨੂੰ ਇਕੱਤਰਿਤ ਕਰਦਾ ਹੈ, ਕਰਕੇ ਇਕੱਤਰਿਤ ਕਹਿਣ ਲੱਗਾ, ਖਾਲਸਾ ਜੀ ਸਾਡੇ ਸਾਹਮਣੇ ਦੋ ਅਹਿਮ ਤੇ ਜ਼ਰੂਰੀ ਕੰਮ ਹਨ। ਸਭ ਤੋਂ ਵੱਡਾ ਪਹਿਲਾ ਕੰਮ, ਕਿਲ੍ਹੇ ਦੀ ਖੱਬੀ ਬਾਹੀ ਜਿਹੜੀ ਪਾਰ ਚੁੱਕੀ ਹੈ, ਜਿਹੜੀ ਢਹਿ ਚੁੱਕੀ ਹੈ, ਰਾਤੋ ਰਾਤ ਭਰ ਕੇ ਮਿੱਟੀ ਦੀਆਂ ਰੇਤਾਂ ਦੀਆਂ ਬੋਰੀਆਂ ਉਸ ਪਾਰ ਨੂੰ ਪੂਰਨਾ। ਔਰ ਦੂਜਾ ਜਿਹੜਾ ਅਹਿਮ ਕੰਮ ਹੈ, ਸਰਦਾਰ ਹਰੀ ਸਿੰਘ ਲੰਬਾ ਜਿਹੜਾ ਪਿਸ਼ਾਵਰ ਦੇ ਕਿਲ੍ਹੇ ਵਿੱਚ ਬੈਠਾ ਹੈ, ਜਿਹੜਾ ਬਿਮਾਰ ਹੈ, ਉਹਨਾਂ ਦੇ ਕੋਲ 15,000 ਸਿੱਖ ਫੌਜ ਹੈ, ਉਹਨਾਂ ਤੱਕ ਇਹ ਖਬਰ ਪਹੁੰਚਾਈ ਜਾਵੇ ਜੇ ਸਰਦਾਰ ਹਰੀ ਸਿੰਘ ਲੰਗੂਆ ਆਪ ਆ ਜਾਏ ਤਾਂ ਵਾਹਵਾ, ਜੇ ਆਪ ਨਾ ਸਕਣ ਘੱਟੋ ਘੱਟ ਫੌਜ ਆ ਜਾਏ ਤਾਂ ਕਿ ਖਾਲਸਾ ਰਾਜ ਦੀ ਚੜ੍ਹਦੀ ਕਲਾ ਦੇ ਨਾਲ ਜਿੱਤ ਹੋ ਸਕੇ। ਆਓ ਤੱਕੋ ਵੀਰ ਬਹਾਦਰ ਖਾਲਸਿਆਂ ਨੂੰ ਕਰਕੇ ਇਕੱਠੇ ਇੱਕ ਸਰਦਾਰ ਮਹਾਂ ਸਿੰਘ ਸਰਦਾਰ ਹਰੀ ਸਿੰਘ ਲੰਗੂਏ ਤਾਈਂ ਚਿੱਠੀ ਪਹੁੰਚਾਉਣ ਦੀ ਗੱਲਬਾਤ ਸਿੱਖ ਫੌਜਾਂ ਦੇ ਨਾਲ ਇੱਕ ਕਮਾਂਡਰ ਦੇ ਤੌਰ ਤੇ ਸਰਦਾਰ ਮਹਾਂ ਸਿੰਘ ਜਿਵੇਂ ਕਰ ਰਿਹਾ ਹੈ, ਸਮੇਂ ਦੀਆਂ ਚਾਰ ਲਾਈਨਾਂ ਢਾਡੀ ਜਿਹਾ ਆਪਦੇ ਸਨਮੁਖ ਹੈ ਕਿਉਂ ਬਿਆਨ ਕਰ ਰਿਹਾ।
वेले चाले घतुरे जदों सुने उस वेले चाले घतुरे भलावे सारू कोई ना बचावे सारू।